ਤੀ ਤਬੀਅਤ ਤੇਰੀ ਹੈ ਵਾਹ ਸ਼ਾਬਾਸ਼ ਅੱਜ ਮੈਂ ਫਰਜ਼ ਕਰਨ ਦੇ ਨੀਅਤ ਬਣਾ ਕੇ ਬਹਿ ਗਿਆ ਹਾਂ ਹਾਂ ਠੀਕ ਹੈ ਕਲਮਾ ਹੈ ਸ਼ਹਾਦਾ ਤੇਰੇ ਪਿਤਾ ਜੀ ਨਾ ਆਇਆ ਨਾ ਕਹਿੰਦੇ ਇੱਥੇ ਕੌਣ ਹੈ ਐਕਸਕਿਊਜ਼ ਮੀ ਇਸ ਹਾਂ ਜੀ ਉਹ ਬਾਜੀ ਠੀਕ ਹੈ ਤੁਹਾਡੀ ਗੱਲ ਆ ਮੈਂ ਪਾਕਿਸਤਾਨ ਆ ਗਿਆ ਹਾਂ ਜੀ ਜੀ ਉਹ ਠੀਕ ਹੈ ਪਿਆਰ ਮੁਹੱਬਤ ਆਪਣੀ ਜਗ੍ਹਾ ਤੇ ਮਗਰ ਮੇਨ ਗੱਡਰ ਤਾਂ 150 ਥੋੜਾ ਹੈ ਚਲੋ ਜੇ ਆਵਾਜ਼ ਤੁਹਾਡਾ ਆਪਣਾ ਤੇ ਮੈਂ ਕਰ ਦੇਣਾ ਬੰਦੇ ਲਾਉਣੀ ਹੈ ਦਿਹਾੜੀ ਹੈ ਹਾਂਜੀ ਹਾਂਜੀ ਦਿਹਾੜੀ ਹੈ ਆ ਚਲੇ ਹਾਂਜੀ ਚਲੇ ਜਾ ਨਵਾਬ ਸਾਹਿਬ ਐਸੇ ਬਹਾਨੇ ਵਾਸ ਲੈ ਆਉਣਾ ਬਹੁਤ ਅੱਛੇ ਇਹ ਕੌਣ ਹੈ ਇਹਨੂੰ ਨਹੀਂ ਜਾਣਦੇ ਜੀ ਨਹੀਂ ਪਾਕਿਸਤਾਨ ਦਾ ਨੰਬਰ 1 ਮਾਡਲ ਜੇ ਵਾਹ ਮਾਡਲ ਆ ਸਿਗਟਾਂ ਦੀ ਡੱਬੀ ਉੱਤੇ ਇਹਦਾ ਪੈਰ ਬਣਿਆ ਨਸੀਬਾਂ ਦਾ ਜੇ ਇਹ ਬੰਦਾ ਤੇ ਹੈ ਹੀ ਨਹੀਂ ਹਾਂ ਕੀ ਹੈ ਇਹ ਤੇ ਕਿਸੇ ਨੇ ਸਦਕਾ ਸੁੱਟਿਆ ਨੂੰ ਧੁੱਪ ਲੱਗੀ ਉੱਠ ਕੇ ਟੁਰ ਪਿਆ ਤਾਂ ਪਤਾ ਹੈ ਅਸੀਂ ਸੁੱਟਿਆ ਸੀ ਨਾ ਸਹੀ ਕਹਿ ਰਹੇ ਵੈਸੇ ਤੂੰ ਕਿੰਨਾ ਕਾਲਾ ਹੈ ਤੂੰ ਕਾਲੇ ਨਹੀਂ ਤੇਰਾ ਪਿਓ ਕਾਲਾ ਤੇਰੇ ਅਗਲੇ ਪਿਛਲੇ ਕਾਲਾ ਤੇਰੇ ਮਹੱਲੇਦਾਰ ਕਾਲੇ ਤੇਰਾ ਬੰਦਾ ਕਾਲਾ ਆ ਖਰਤਾ ਯਾ ਮੈਂ ਕਹਿ ਰਹੀ ਹੂੰ ਕਾਲੇ ਬਾਤ ਆ ਜਾ ਨਹੀਂ ਕਾਲਾ ਕਾਲਾ ਕਰਨੀ ਹੈ ਕਦੀ ਕਾਲੇ ਦੇ ਲਾਕੇ ਨਾਲ ਤੇ ਵੇਖ ਆ ਕੋਰਿਆਂ ਚ ਕਰਾ ਮਾਤ ਨਹੀਂ ਕਦੀ ਕਾਲਿਆਂ ਦੇ ਕਰਾ ਮਾਤ ਤੇ ਵੇਖ ਨਹੀਂ ਲੱਖਾਂ ਬਾਲ ਵੇਖੇ ਕਦੀ ਕਾਲੇ ਦਾ ਜੰਮ ਕੇ ਬਾਲ ਤੇ ਵੇਖ ਨਹੀਂ ਕਦੀ ਕਾਲੇ ਦਾ ਜੰਮ ਕੇ ਬਾਲ ਤੇ ਵੇਖ ਤੇ ਜੇ ਸਮਾਨ ਇਹ ਕਾਲਾ ਜੰਮੀ ਜਾ ਕੇ ਉਹਦਾ ਹਾਲ ਤੇ ਵੇਖ ਤੁਸੀਂ ਜਿਉ ਮੈਨੂੰ ਐਰ ਕੀ ਰਿਸ਼ਤਾ ਦਾ ਫੇ ਮੇਰੀ ਧਮਾਲ ਤੇ ਵੇਖ ਫੇਰ ਮੇਰੀ ਧਮਾਲ ਤੇ ਵੇਖ ਐਡਾ ਸੋਹਣਾ ਨਵਾਬ ਹੈ ਕਦੀ ਪਠਾਣਾ ਦਾ ਟਾਲ ਤੇ ਵੇਖ ਹਾਏ ਐਡਾ ਬਸ ਕਰ ਦੋ ਪੱਥਰ ਹੋ ਗਿਆ ਐ ਦੇਖੋ ਐ ਤੇ ਰੰਗ ਵੀ ਛੱਡ ਦੇ ਸੱਚੀ ਮੁੱਚੀ ਤੇ ਲੈ ਜਾ ਮਾਂ ਦਾ ਝਾਟਾ ਕਾਲਾ ਕਰ ਲੈ ਤੂੰ ਮੇਰੀ ਮਾਂ ਦਾ ਝਾਟਾ ਕਾਲਾ ਨਹੀਂ ਹੋ ਸਕਦਾ ਵਾਏ ਕਿਉਂਕਿ ਮੇਰੀ ਮਾਂ ਗੰਜੀ ਹੈ ਅੱਛਾ ਜਿਹੜਾ ਪਿੰਡ ਚ ਕੇਸ ਹੋਇਆ ਹੈ ਤੇਰੀ ਮਾਂ ਦਾ ਹੋਇਆ ਜੀ ਮੇਰੀ ਅੰਮੀ ਗੰਜੀ ਹੈ ਜੀ ਤੰਗੀ ਤੇ ਬਾਤ ਕਰੋ ਮੈਂ ਤੁਮੇ ਕਹਿ ਰਹੀ ਹਾਂ ਸਮਝ ਮੈਂ ਆਇਆ ਤੁਮੇ ਇਹਨਾਂ ਕਾਹਦੀ ਗੱਲ ਕਰਨੀ ਆਇਆ ਗੱਲ ਕਰਨ ਲਈ ਤੇ ਪਹਿਲੇ ਸ਼ੁਕਰਕਾਰ ਮੈਂ ਤੇਰੇ ਲਾ ਕੇ ਖਲੋਦਾ ਨਹੀਂ ਤੇ ਮੈਨੂੰ ਕਿਹੜਾ ਖਲੋਣ ਦਿੰਦਾ ਜੀ ਮੈਨੂੰ ਕੱਲ ਮੈਂ ਗਿਆ ਸਟੂਡੀਓ ਅੱਛਾ ਰੀਮਾ ਸਿਆਮਾ ਅਸ਼ਬੂ ਹਾਂ ਸਾਰੀਆਂ ਬੈਠੀਆਂ ਮੈਂ ਸਲਾਮ ਨਹੀਂ ਕੀਤਾ ਵੀ ਕਿਉਂ ਨਹੀਂ ਮੈਨੂੰ ਪਤਾ ਨਾ ਜਵਾਬ ਹੀ ਨਹੀਂ ਦੇਣਾ ਵੀ ਮੈਂ ਐਵੇਂ ਕਰਦਾ ਫਿਰ ਫਾਇਦਾ ਕੀ ਵੀ ਕਾਲੇ ਦਾ ਪਿਓ ਮੱਲੇ ਸਾਰਿਆਂ ਨੂੰ ਗਾਲਾਂ ਕੱਢ ਰਿਹਾ ਕਿਉਂ ਨਹੀਂ ਉਹ ਮੈਂ ਕਿਹਾ ਕਿ ਗਾਲਾਂ ਕੱਢ ਰਿਹਾ ਕਹਿੰਦਾ ਰਾਤੀ ਨੈਟ ਚ ਡਿੱਗਾ ਸੀ ਸੌਫਟਵੇਅਰ ਚ ਪਾਣੀ ਪੈ ਗਿਆ ਨਹੀਂ ਮੈਂ ਇੱਕ ਮਿੰਟ ਕਾਲਾ ਆ ਓਹੋ ਕੀ ਉਹ ਬਾਰ ਬਾਰ ਫੋਨ ਆਉਂਦਾ ਭਾਬੀ ਦਾ ਲੈ ਮਿੰਟ ਬਾਅਦ ਫੋਨ ਆ ਗਿਆ ਤੇ ਹਾਂਜੀ ਹਾਂਜੀ ਕੁੱਤੀ ਨੇ ਬੱਚੇ ਦੇਤੇ ਨੇ ਉਹ ਮੇਰੇ ਤੇ ਗਿਆ ਲਗੂਰਾ ਕੋਈ ਕਤੂਰਾ ਨਹੀਂ ਲੈ ਮਾਮਾ ਬਣ ਗਿਆ ਤੂੰ ਤੇ ਹਾਂਜੀ ਹੱਥੇ ਬਣਦਾ ਜੇ ਮੈਂ ਕਰ ਦਿੱਤਾ ਮੈਂ ਕਿਹਾ ਤੂੰ ਵੇਲਾ ਨਾ ਸੁਣੋ ਮੇਰੀ ਬਾਤ ਸੁਣੋ ਹਾਂਜੀ ਇਧਰ ਆ ਤੂੰ ਬੱਚੇ ਨੂੰ ਮਾਤਰ ਮੈਂ ਅੱਗੋਂ ਨਹੀਂ ਜੇ ਕਰਨਾ ਇਧਰ ਆ ਉਹ ਮੈਡਮ ਜਰਾ ਤੂੰ ਲੰਗੜੀ ਏ ਦੇਖੋ ਮੇਰੀ ਬਾਤ ਸੁਣੋ ਇਸ ਕਾਲੇ ਨੂੰ ਤੇਰਾ ਇਧਰ ਲੈ ਕੇ ਆ ਬੇਗਮ ਜਿਹੜਾ ਕਾਲਾ ਤੂੰ ਸਮਝ ਰਹੀ ਏ ਉਹ ਨਹੀਂ ਤੂੰ ਫਿਲਮ ਵਾਲਾ ਸਮਝ ਰਹੀ ਏ ਓ ਯਾਰ ਭਾਈ ਇਹ ਦੇਸੀ ਕਾਲਾ ਜੇ ਦੇਸੀ ਕਾਲਾ ਇਹਨੂੰ ਕਿ ਦੂਰ ਹੋ ਕੇ ਖਲੋ ਮੇਰੇ ਦੇ ਦੰਦ ਭੰਦੇ ਨੇ ਓਏ ਦੰਦਾਂ ਦੀ ਵਜ੍ਹਾ ਨਾਲ ਤੁਰਿਆ ਫਿਰਦੇ ਨੇ ਤੇ ਸਿੱਧੀ ਲਾਗਣ ਵਜੇ ਮੇਰੇ ਚ ਆ ਕੱਲ ਇੱਕ ਬਾਈ ਵੀ ਲਾ ਟਰਾਲਾ ਲਾ ਕੇ ਸਿੱਧਾ ਮੇਰੇ ਲਾਉਣ ਡਿਆ ਅੱਛਾ ਉਹ ਮੈਂ ਹੱਸਾ ਤੇ ਫੇਰ ਉਹਨੂੰ ਟੋਏ ਸੁੱਟਿਆ ਨਹੀਂ ਤੇ ਮੈਨੂੰ ਤਾਂ ਲੈ ਗਿਆ ਸੀ ਉਹ ਹਾਂ ਨਵਾਬ ਸਾਹਿਬ ਗੱਲ ਹੈ ਇਨਸਾਨਾਂ ਚ ਫਿਰ ਕੀ ਫੀਲ ਹੁੰਦਾ ਤੁਹਾਨੂੰ ਮੈਂ ਤੁਹਾਨੂੰ ਇਨਸਾਨ ਨਹੀਂ ਲੱਗਦਾ ਵੀ ਅੱਛਾ ਇਹੋ ਜੇ ਇਹਨਾਂ ਗੱਲਾਂ ਤਾਂ ਮੈਂ ਪਾਕਿਸਤਾਨ ਹੀ ਸਾਰੇ ਕਿੱਥੇ ਸੋ ਸ਼ਿਵਪੁਰ ਐਡਾ ਸੱਟ ਦਾ ਮਗਜ਼ਾਬ ਹੀ ਨੇ ਅੱਛਾ ਅੱਛਾ ਗੱਲ ਕਰਨੀ ਸੀ ਕਿਆ ਮੇਰੇ ਕਮਰੇ 'ਚ ਨਾ ਕੋਈ ਵੀ ਆਵੇ ਮਤਲਬ ਅੱਛਾ ਜੀ ਮਜਾ ਮੈਂ ਨੰਗਾ ਸੌਂਦਾ ਹਾਂ ਕੀ ਮਤਲਬ ਯਾਨੀ ਕਿ ਪੂਰਾ ਜਿਵੇਂ ਖਾਵਤ ਹੁੰਦਾ ਬਸ ਜਾਇ ਬੁਕੂਏ ਤੱਕ ਮੈਂ ਆ ਮੈਂ ਦੱਸ ਦੇਣਾ ਕਰਨਾ ਕੀ ਹੈ ਬਸ ਦਾਦਾ ਜੀ ਸਾਹਮਣੇ ਜਾਨ ਇਹ ਮੇਰੀ ਖਾਵਤ ਹੈ ਅੱਜ ਕੱਲ ਅੱਜ ਪਹਿਲੇ ਲੈਣੇ ਜਾਂ ਬਾਅਦ ਮੈਂ
ਜਦੋਂ ਹਾਰੇ ਹੋ ਖਾਮਦ ਕੋਲੋਂ ਵੀ ਪੈਸੇ ਪੈਸੇ ਜਿਹੜੇ ਉਹ ਕੋਈ ਮਸ਼ਟੰਡੀ ਔਰਤ ਨਾਲ ਯਾਰ ਕੀ ਹੋ ਗਿਆ ਤੈਨੂੰ ਖਾਮਦ ਕੋਲੋਂ ਪੈਸੇ ਨਵਾਬ ਸਾਹਿਬ ਤੁਸੀਂ ਮੈਨੂੰ ਖਾਮਦ ਬਣਾਉਣ ਦੇ ਹੋ ਯਾਰ ਲੋ ਗੱਲ ਨਹੀਂ ਹੈ ਬੇਗਮ ਛੱਡ ਕੇ ਤੁਸੀਂ ਛੋਟੇ ਨਵਾਬ ਛੋਟੇ ਨਵਾਬ ਕੀ ਹੋ ਰਿਹਾ ਹੈ दादा जी शादी कर ली सामने माड़ा जहा भी करना है दादा जी शादी कर ली दादा जी इधर हमने शादी कर ली हमने हमने और इन्होंने शादी कर ली शादी कर ली दादा वेरी गुड माशाल्लाह माशाल्लाह शादी कर ली और हमें बताया तक नहीं मैनू आप नहीं पता लगा ही की मतलब फिर काली की हो गया ये हूं ही कब की शादी आज ही की है शादी आज ही की थी की हो गया भी नहीं है इधर इधर पहले पहले दनी मार खा लेगी मेरे को बगैरत तेनू दसा चवल मालका दे सामने तू अपनी बीवी दत चुक रहे हो क्यों छड्डा थोड़ा क्यों ने छड्डा मैं अपने साले दी कदी नहीं मन्नी ओए मतलब तेरा केड़ा साला तेनू दस दे मेरी तेरे ए चलो मारांगा मैं तेनू मैं तेनू दसा ओए ओ जीओ नवाबो जीओ शादी है यार उसकी राज नवाबो तुम्हारी खैर हो जाए अब ठीक है क्यों ठीक है अच्छा बीवी है अल्लाह खैर ही करे ओ नवाबा तुम्हारी है तेनू भी पीछे अल्लाह ओए राजो शादी है उसकी अल्लाह अरे वाह ओ जीवो नवाबा जीवो पता सी तानू भी इसने ओ गाने दी मौजा लातियां दे जीवो दादा जी रोको ना नू यार शादी है उसकी यही तो उम्र होती है बेगम जी जी फरमाइए ना इस तो पहले दिन चढ़ जा जी सुहाग रात भी मना ली है केड़ी रात मेरी बीवी है सुहाग रात मनानी और ओदे नाल मैं की इथे की अपने घर ओए अरशद ऐसे छोटे नवाब के कमरे में लेके चलो मेरे कमरे के रात का पानी खलोता है सालों की टूटी लीक सी और नवाब साहब इन्हें तो बड़ा करो मैं तुम्हारे हनीमून की तैयारी करता हूं इन्हें तो बड़ा करो अंदर आओ अंदर आओ अन्नी मां दे बच्चे साले मेरे दादाजी दादाजी चलो 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 दादाजी ਤੁਸੀਂ ਇਹਨੂੰ ਲੈ ਜਾਓ ਮੈਂ ਉਹਨੂੰ ਆਪ ਹੀ ਲੈ ਜਾਣਾ ਓਏ ਇਧਰ ਆ ਓਏ ਆ ਰਿਹਾ ਜੀ ਦਾਦਾ ਜੀ ਦਾਦਾ ਜੀ ਕੀ ਹੈ ਕੀ ਹੈ ਕੁਛ ਵੀ ਨਹੀਂ ਜੁੱਤੀ ਲੁਕਾਈ ਹੋ ਰਹੀ ਜੁੱਤੀ ਲੁਕਾਈ ਹੋ ਰਹੀ ਅੱਧਾ ਕੁ ਘੰਟਾ ਇੱਥੇ ਬਹਿ ਜਾਣਾ ਤੇ ਮੇਰੀ ਸੁਹਾਗਰਾ ਤੋਂ ਜਾਣਾ ਉਹ ਮੇਰੀ ਦਵਾਈ ਕੱਢੇ ਮੋ ਛੋੜੋ ਮੈਨੂੰ ਅੱਧ ਕੰਨ ਫੜ ਜੋ ਵੀ ਕੰਨ ਫੜ ਨੀਵਾ ਪਹਿਲਾਂ ਆਪਣਾ ਹਾਰ ਫੜ ਹਾਰ ਵੀ ਬਾਅਦ ਚ ਪਾਵਾਂਗਾ ਦਾਦਾ ਜੀ